ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਉਸ ਲੈਵਲ ਦੇ ਐਮ ਐਲ ਏ ਹੈਗੇ ਆ ਜਿਨ੍ਹਾਂ ਦਾ ਤਰਸ ਦਾ ਆਧਾਰ ਹੈ ਹੀ ਨਹੀਂ ਮੈਨੂੰ ਲੱਗਦਾ, ਜਦੋਂ ਉਹਨਾਂ ਨੂੰ ਅਸੀਂ ਨੌਕਰੀ ਦੇ ਦਿੰਦੇ ਹਾਂ ਅਤੇ ਉਹਦੇ ਵਿੱਚ ਸਰਕਾਰ ਦਾ ਔਰ ਪਾਰਟੀ ਦਾ ਜਿਹੜਾ ਅਕਸ ਬਹੁਤ ਖਰਾਬ ਹੁੰਦਾ, ਸੋ ਇਹਨੂੰ ਵਿਦਡਰਾਅ ਕਰਨ ਦੀ ਜ਼ਰੂਰਤ ਹੈਗੀ ਹੈ। ਜਿਹੜਾ ਦੋ ਐਮ ਐਲ ਏਜ਼ ਦੇ ਬੇਟਿਆਂ ਨੂੰ ਪਰਸੋਂ ਕੈਬਨਿਟ ਨੇ ਨੌਕਰੀ ਦਿੱਤੀ ਆ, ਬਿਲਕੁਲ ਜਿਹੜੀ ਕਾਂਗਰਸ ਪਾਰਟੀ ਦੀ ਔਰ ਸਰਕਾਰ ਦੀ ਪਰਸੈਪਸ਼ਨ ਜਿਹੜੀ ਆ ਔਰ ਐਕਚੁਅਲ ਦੇ ਵਿੱਚ ਵੀ ਉਹ ਮੈਨੂੰ ਲੱਗਦਾ ਕਿ ਗਲਤ ਜਿਹੜਾ ਉਹ ਡਿਸੀਜ਼ਨ ਹੋਇਆ। ਔਰ ਉਹ ਜਦੋਂ ਕਿ ਜਿਹੜੇ ਪੰਜ ਮਿਨਿਸਟਰਸ ਆ ਉਹਨਾਂ ਨੇ ਵੀ ਅਪੋਜ਼ ਕੀਤਾ, ਔਰ ਮੈਂ ਇਹ ਸਮਝਦਾ ਵੀ ਜੇ ਪੰਜ ਮਿਨਿਸਟਰਸ ਦੇ ਅਪੋਜ਼ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਨੌਕਰੀ ਲਾਇਆ ਜਾਂਦਾ ਤਾਂ ਅਸੀਂ ਕੀ ਸ਼ੋਅ ਕਰਨਾ ਚਾਹੁੰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਜੀ, ਗੱਲ ਤਾਂ ਸਿਰਫ ਇੰਨੀ ਕੀ ਆ ਕਿ ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਜੇ ਤੁਹਾਡੀ ਵਿਲ ਹੈ ਤਾਂ ਤੁਸੀਂ ਕੁਛ ਵੀ ਕਰਨ ਲਈ ਤਿਆਰ ਆ, ਪਰ ਮੈਂ ਸਮਝਦਾ ਵੀ ਜਿਹੜੇ ਬਾਕੀ ਇਸ਼ੂਜ਼ ਹੈ ਜਾਂ ਜਿਹੜੇ ਬਾਕੀ ਜਿਹੜੇ ਯੰਗਸਟਰਸ ਹੈ ਸਾਡੇ ਕੋਲ ਨੌਕਰੀਆਂ ਦੀ ਆਸ ਰੱਖਦੇ ਆ, ਜਾਂ ਉਹ ਪਰਿਵਾਰ ਜਿਨ੍ਹਾਂ ਨੇ ਹਿੰਦੁਸਤਾਨ ਲਈ ਪੰਜਾਬ ਲਈ, ਕਿਉਂਕਿ ਟੈਰੋਰਿਜ਼ਮ ਦਾ ਟਾਈਮ ਵੀ ਆ ਉਹਦੇ ਵਿੱਚ, ਕਈ ਵਾਰੀ ਸਾਡੇ ਬਾਰਡਰਾਂ 'ਤੇ ਲੜਾਈਆਂ ਵੀ ਹੋਈਆਂ, ਅਤੇ ਜਿਹੜੇ ਉਹ ਪਰਿਵਾਰ ਆ ਉਹਨਾਂ ਨੂੰ ਅਸੀਂ ਕਈ ਵਾਰੀ ਡਿਨਾਈ ਕਰ ਦਿੰਦੇ ਹਾਂ ਵੀ ਹਾਂ ਵੀ ਇਹਦੇ ਜਿਹੜਾ ਆ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ, ਪਰ ਤਰਸ ਦਾ ਆਧਾਰ ਹੈ ਕਿਹੜਾ ਆ? ਨਹੀਂ, ਮੈਂ ਤਾਂ ਕਹਿੰਦਾ ਆਮ ਲੋਕਾਂ ਨੂੰ ਦੇਣੀਆਂ ਚਾਹੀਦੀਆਂ। ਸਾਡਾ 450 ਕਿਸਾਨ ਮਰ ਗਿਆ, 10,000 ਜਿਹੜੀ ਆ ਪੁਲਿਸ ਦੀ ਭਰਤੀ ਹੋ ਰਹੀ ਆ, ਅਤੇ ਚੰਗਾ ਤਾਂ ਇਹ ਹੁੰਦਾ ਵੀ ਉਹਦੇ ਵਿੱਚ 450 ਜਿਹੜਾ ਆ ਉਹ ਰਿਜ਼ਰਵ ਕਰ ਦਿੱਤਾ ਜਾਂਦਾ, ਚਾਹੇ ਉਹ ਟਰਾਇਲਾਂ ਦੇ ਥਰੂ ਹੀ ਹੁੰਦੇ, ਚਾਹੇ ਉਹ ਬੇਸਿਕ ਪੈਰਾਮੀਟਰ ਦੇ ਥਰੂ ਹੀ ਹੁੰਦੇ, ਬਟ ਅਸੀਂ ਉਹਨਾਂ ਕਿਸਾਨਾਂ ਦੀ ਬਾਂਹ ਫੜ ਸਕਦੇ ਸੀ ਜਿਹੜੇ 6 ਮਹੀਨੇ ਬਾਰਡਰ 'ਤੇ ਬੈਠੇ ਆ ਔਰ ਉਹ ਜਿਹੜੀ ਆ ਉਹ ਹਿੰਦੁਸਤਾਨ ਦੀ ਸਰਕਾਰ ਨਾਲ ਲੜਾਈ ਲੜ ਰਹੇ।